ਤਰਨਤਾਰਨ ਬੱਸ ਅੱਡੇ ਤੇ ਚੱਲੀ ਗੋਲੀ। ਬੱਸ ਅੰਦਰ ਬੈਠੇ ਸਾਬਕਾ ਫੌਜੀ ਨੇ ਕੀਤਾ ਫਾਇਰ। ਮੌਕੇ ਤੇ ਪੈ ਗਿਆ ਚੀਕ ਚਿਹਾੜਾ। ਤਰਨਤਾਰਨ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਤਰਨਤਾਰਨ ਦੇ ਬੱਸ ਅੱਡੇ ਉੱਤੇ ਗੋਲੀ ਚੱਲੀ ਹੈ। ਦੱਸ ਦਈਏ ਕਿ ਬੱਸ ਵਿੱਚ ਕਾਫੀ ਸਵਾਰੀਆਂ ਸਨ। ਇਹ ਸਾਬਕਾ ਫੌਜੀ ਦਾ ਕਹਿਣਾ ਹੈ ਕਿ ਉਹ ਵੱਡੀਆਂ ਵੱਡੀਆਂ ਕੰਪਨੀਆਂ ਵਿੱਚ ਕੰਮ ਕਰ ਚੁੱਕਾ ਹੈ। ਉਸ ਕੋਲ ਆਪਣੀ 12 ਬੋਰ ਦਾ ਪਿਸਤੌਲ ਸੀ। ਲਾਇਸੈਂਸ ਦਿਖਾਉਣ ਦੀ ਵੀ ਉਂਝ ਗੱਲ ਆਖ ਰਿਹਾ ਸੀ। ਸਾਬਕਾ ਫੌਜੀ ਦਾ ਇਹ ਕਹਿਣਾ ਹੈ ਕਿ ਇਹ ਫਾਇਰ ਗਲਤੀ ਦੇ ਨਾਲ ਹੋਇਆ ਹੈ। ਰਸਪਾਲ ਸਿੰਘ ਜੀ, ਕੀ ਗੱਲਬਾਤ ਹੋਈ ਆ? ਸਰ, ਮੈਂ UN ਮਿਸ਼ਨ ਦੇ ਵਿੱਚ ਵੀ ਨੌਕਰੀ ਕੀਤੀ ਆ। ਗੁਰੂ ਜੋਨ ਬਟਾਲੀਅਨ ਦਾ ਬੰਦਾ ਤੇਰਾ ਸਿਖਲਾਈ ਦਾ, ਅਤੇ ਮੈਂ ਤਾਂ ਰੱਖੀ ਆ, ਨਿਕਲ ਗਈ ਆ। ਮੈਂ ਤਾਂ ਪਹਿਲੀ ਵਾਰੀ ਪੰਜਾਬ ਵੇਖਿਆ ਅਤੇ ਮੈਂ ਆਇਆ ਵੀ ਚਲੋ ਪੰਜਾਬੀ ਬੰਦਾ ਪੱਗ ਵਾਲਾ ਬੰਦਾ ਨਜ਼ਰ ਆਉਂਦਾ ਰੱਬੀ ਕਿਤੇ, ਅਤੇ ਮੈਨੂੰ ਖੁਸ਼ੀ ਬੜੀ ਹੋਈ ਇਸ ਚੀਜ਼ ਦੀ ਵੀ ਮੈਂ ਇੰਨੇ ਚਿਰ ਬਾਅਦ ਪੰਜਾਬ ਦੇ ਵਿੱਚ ਆਇਆ। ਪਿੰਡ ਕਿਹੜਾ ਆਪਣਾ? ਪਿੰਡ ਲਵਾਰ ਹੈ। ਅਤੇ ਕਿਉਂ ਗੋਲੀ ਚੱਲੀ ਕਿੱਥੇ ਤੁਹਾਡੇ ਕੋਲ? ਚੱਲੀ ਕੀ ਹੈ ਸਰ, ਮੈਂ ਜਦੋਂ ਐਂ ਰੱਖੀ ਆ ਆਪੇ ਉਹ ਨਿਕਲ ਗਈ ਆ। ਕਿੱਥੇ ਬੈਠਾ? ਦਰਨਾਲੀ 'ਚੋਂ, ਬੱਸ 'ਚੋਂ। ਮੈਂ ਸਰ ਚਲਾਈ, ਮੈਨੂੰ ਤਾਂ ਖੁਸ਼ੀ ਇੰਨੀ ਹੋ ਰਹੀ ਕਿ ਅੱਜ ਘਰ ਜਾ ਰਿਹਾ ਵਾਂ, ਪੰਜਾਬ 'ਚ ਆ ਗਿਆ, ਆਪਦੇ ਘਰ ਆ ਰਿਹਾ, ਅਤੇ ਆਹ ਮੈਨੂੰ ਹੋਰ ਹੀ ਕਸੂਤਾ ਜੱਬ ਪਾਤਾ। ਹੁਣ ਕੀ ਗੱਲਬਾਤ ਹੋਈ? ਹੁਣ ਕਿੱਦਾਂ ਸਰ ਇਹ ਮੈਨੂੰ ਇੱਥੇ ਲਿਆਇਆ ਵੀ ਤੂੰ ਇਹ ਕਿੱਦਾਂ ਨਿਕਲ ਗਈ? ਕਿੱਥੇ ਲਿਆਉਂਦਾ? ਪੁਲਿਸ ਨੇ। ਅਤੇ ਸਰ ਇਹੋ ਜੀ ਸਾਡੇ ਜਦੋਂ ਦਿਮਾਗ 'ਚ ਹੀ ਨਹੀਂ, ਦਿਲ 'ਚ ਨਹੀਂ। ਮੈਂ ਵੀ ਗੁਰੂ ਗੋਬਿੰਦ ਸਿੰਘ ਦਾ ਦਾਸ ਹਾਂ। ਗੁਰੂ ਗੋਲੀ ਦਾ ਨੁਕਸਾਨ ਹੋਇਆ, ਕੌਣ ਜ਼ਿੰਮੇਵਾਰ ਹੈ? ਸਰ ਉੱਪਰ ਨੂੰ ਨਿਕਲੀ ਆ, ਹੋਇਆ ਨਹੀਂ ਆ, ਬਾਕੀ ਅੱਗੇ ਨਾ ਵਿਘਨ ਪਾਓ। ਮੈਂ ਗਰੀਬ ਬੱਚਾ ਵਾਂ, ਮੈਨੂੰ ਮਾਫ਼ ਕਰੋ। ਡਰਿੰਕ ਕੀਤੀ ਆ? ਹਾਂ, ਡਰਿੰਕ ਕੀ ਸੀ ਵੀ ਫੌਜੀ ਬੰਦਾ, ਮੈਂ ਪੈਗ ਨਿਗਾਹ ਜਿਹਾ ਲਾਇਆ ਵਾ, ਪਰ ਉਹ ਸਰ ਨਿਕਲ ਗਈ ਆ। ਐਂ ਥੋੜ੍ਹੀ ਅਸੀਂ ਆਪਦੇ ਪੰਜਾਬ ਦੇ ਵਿੱਚ ਹੀ ਕੋਈ ਮੁੰਡੇ ਸਾਹਮਣੇ ਬੈਠਾ ਕੰਮ ਕੀਤਾ, ਗੋਲੀ ਚਲਾਈ ਅੰਦਰ ਰਫਲ ਹੀ ਕੋਲ ਪਈ ਅਰੇ ਵੇਨੇ ਆ, ਕਰਦੇ ਕਬਜ਼ੇ ਜੀ ਆ। ਬੰਦਾ ਨਸ਼ੇ ਜਾ ਕਿਤਰਾ ਵਾ ਵੇਨੇ ਅਰੇ ਚੈੱਕ ਕਰਨੇ ਆ, ਕਰ ਤੇ ਪੁੱਛ ਕੇ ਕੀਤੀ ਕੀ ਦੱਸਦਾ? ਅਜੇ ਨਹੀਂ ਕੀਤੀ, ਅਜੇ ਤੁਸੀਂ ਆ ਕੇ ਨਾਲ ਹੀ ਆਪਣੇ ਮੌਕਾ ਨੇ ਮਿਲਿਆ, ਅਜੇ ਕਰ ਲਓ। ਨਹੀਂ ਇਹ ਫੌਜੀ ਆ, ਕੌਣ ਆ? ਪਤਾ ਨਹੀਂ, ਪੁੱਛਦੇ ਆ, ਦੱਸਦਾ ਵਾ ਰਿਟਾਇਰ ਫੌਜੀ ਕਿੱਥੋਂ ਦਾ ਪੁੱਛਦੇ। ਬਹਿ ਜਾ ਮੁੰਡਿਆ, ਬਹਿ ਜਾ, ਆਵੇ ਤੁਹਾਡੇ ਸਾਹਮਣੇ ਹੀ ਆ।